वाहिगुरु जी का खालसा, वाहिगुरु जी की फतेह। द खालसा चैनल से आप सब दा जी आयां नूं मैं चढ़दी कला च आस करदा तुसीं वी चढ़दी कला च होंगे। अज आपां जान श्री चमकौर साहिब जी बारे साखी सरवण करांगे। जदों गुरु साहिब जी शाम नूं कच्चे गढ़े पहुंचे उदों मुगलां दी फौजां 10 लाख फौज सीगी जो उन्हां ने रात नूं ही घेरा पा लिया। ਤੇ ਸਿੰਘਾਂ ਨੇ ਪੰਜ ਜੱਥੇ ਬਣਾ ਕੇ ਬਾਹਰ ਜਾਣ ਦਾ ਫੈਸਲਾ ਕੀਤਾ ਅਤੇ ਚਮਕੌਰ ਸਾਹਿਬ ਜੀ ਦੀ ਜੰਗ ਵਿੱਚ ਭਾਈ ਮੋਕਮ ਪਿਆਏ ਭਾਈ ਮੋਕਮ ਸਿੰਘ ਜੀ ਵੀ ਸ਼ਹੀਦ ਹੋ ਗਏ। ਜਦੋਂ ਸਿੰਘਾਂ ਦੇ ਜੱਥੇ ਜਾ ਰਹੇ ਸੀ ਫਿਰ ਬਾਬਾ ਅਜੀਤ ਸਿੰਘ ਜੀ ਗੁਰੂ ਸਾਹਿਬ ਜੀ ਕੋਲ ਗਏ। ਪਿਤਾ ਜੀ ਅਤੇ ਕਿਹਾ ਉਹਨਾਂ ਨੇ, ਪਿਤਾ ਜੀ ਮੈਨੂੰ ਵੀ ਆਗਿਆ ਦਿਓ, ਮੈਂ ਵੀ ਰਣ ਮੈਦਾਨ ਵਿੱਚ ਸ਼ਹੀਦੀ ਦੀ ਅਵਧੀ ਮਾਨਾਂ ਅਤੇ ਪੰਥ ਲਈ ਕੁਛ ਕਰਾਂ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੇਠੇ ਸਾਹਿਬਜ਼ਾਦਿਆਂ ਨੂੰ ਜੱਫੀ ਪਾਈ ਅਤੇ ਉਹਨਾਂ ਨੂੰ ਆਪਣਾ ਸ਼ਸਤਰ ਦਿੱਤਾ। ਸੂਰਜ ਨਿਕਲਣ ਵਾਲਾ ਸੀ ਉਸ ਸਮੇਂ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਸਾਹਿਬਜ਼ਾਦਿਆਂ ਨੂੰ ਲੈ ਕੇ ਇੱਥੋਂ ਭੱਜ ਜਾਓ। ਫਿਰ ਗੁਰੂ ਸਾਹਿਬ ਜੀ ਨੇ ਕਿਹਾ, ਤੁਸੀਂ ਵੀ ਤਾਂ ਮੇਰੇ ਬੱਚੇ ਹੋ, ਮੈਂ ਤੁਹਾਨੂੰ ਛੱਡ ਕੇ ਕਿੱਦਾਂ ਜਾ ਸਕਦਾ, ਮੇਰੇ ਸਾਹਿਬਜ਼ਾਦੇ ਅਤੇ ਮੇਰੇ ਸਿੰਘਾਂ ਵਿੱਚ ਕੋਈ ਫਰਕ ਨਹੀਂ ਹੈ। ਬਾਬਾ ਅਜੀਤ ਸਿੰਘ ਜੀ ਦੀ ਤਾਬਿਆ ਹੈ 5 ਸਿੰਘ ਸੀਗੇ ਅਤੇ ਉਹਨਾਂ ਵਿੱਚ ਪਿਆਰੇ ਭਾਈ ਮੁਕਮ ਸਿੰਘ ਜੀ ਵੀ ਸੀ। ਬਾਬਾ ਜੀ ਕੋਲ ਇੱਕ ਬਰਸ਼ਾ ਸੀਗਾ, ਲੜਦੇ ਲੜਦੇ ਉਹਨਾਂ ਦਾ ਬਰਸ਼ਾ ਵੀ ਟੁੱਟ ਗਿਆ। ਬਰਸ਼ਾ ਇੱਦਾਂ ਟੁੱਟਿਆ ਕਿ ਜਦੋਂ ਉਹ ਇੱਕ ਮੁਗਲ ਨਾਲ ਲੜ ਰਹੇ ਸੀ ਤਾਂ ਉਹਦੇ ਸੰਜੋਗ ਬਖਤਰ ਵਿੱਚ ਬਾਬਾ ਜੀ ਦਾ ਬਰਸ਼ਾ ਫਸਿਆ ਰਹਿ ਗਿਆ ਅਤੇ ਫਿਰ ਬਰਸ਼ਾ ਸਿਰਫ ਉਹਨਾਂ ਦੇ ਹੱਥ ਵਿੱਚ ਡੰਡੀ ਰਹਿ ਗਈ। ਫਿਰ ਲੜਦੇ ਲੜਦੇ ਜਦੋਂ ਉਹਨਾਂ ਦੀ ਸ਼ੀਸ ਸਾਹਿਬ ਵੀ ਟੁੱਟ ਗਈ ਅਤੇ ਘੋੜਾ ਵੀ ਜ਼ਖਮੀ ਹੋ ਗਿਆ। ਬਾਬਾ ਜੀ ਆਪਣੇ ਦੋ ਪੈਰਾਂ 'ਤੇ ਖੜ੍ਹੇ ਹੋ ਕੇ ਦੋ ਪੈਰ ਜਮਾ ਲਏ ਅਤੇ ਆਪਣੇ ਗੱਤ ਕਮਰ ਕੱਸੇ ਵਿੱਚੋਂ ਕਟਾਰ ਕੱਢ ਕੇ ਵੈਰੀਆਂ ਦੇ ਢਿੱਡ ਪਾੜਤੀ। ਜਦੋਂ ਵੈਰੀਆਂ ਨੇ ਦੇਖਿਆ ਕੋਈ ਕੁਛ ਕੰਮ ਨਹੀਂ ਕਰ ਰਿਹਾ ਤਾਂ ਫਿਰ ਬਾਬਾ ਜੀ ਸਿੰਘ ਸਾਹਿਬ ਜੀ ਦੀ ਛਾਤੀ ਵਿੱਚ ਅਣਗਿਣਤ ਗੋਲੀਆਂ ਆ ਕੇ ਵੱਜੀਆਂ। ਅੰਗ ਅੰਗ ਨੂੰ ਤੀਰਾਂ ਨੇ ਬਿੰਨ ਦਿੱਤਾ। ਜਦੋਂ ਬਾਬਾ ਅਜੀਤ ਸਿੰਘ ਨੇ ਜੰਗ ਵਿੱਚ ਸ਼ਹੀਦ ਹੋ ਕੇ ਉਹ ਪਰਲੇ ਕਰਕੇ ਡਿੱਗੇ, ਮਮਤੀ ਵਿੱਚ ਬੈਠੇ ਗੁਰੂ ਸਾਹਿਬ ਜੀ ਨੇ ਇੱਕ ਜਕਾਰਾ ਛੱਡਤਾ। ਫਿਰ ਆਪਣੇ ਵੀਰ ਜੀ ਦੀ ਸ਼ਹੀਦੀ ਦੇਖ ਬਾਬਾ ਜੁਝਾਰ ਸਿੰਘ ਜੀ ਦਾ ਖੂਨ ਉਬਾਲੇ ਮਾਰਨ ਲੱਗਾ, ਦਿਲ ਧੜਕਣ ਲੱਗਾ ਸ਼ਹੀਦੀ ਪ੍ਰਾਪਤ ਕਰਨ ਨੂੰ। ਫਿਰ ਉਹਨਾਂ ਨੇ ਦਸਮ ਪਿਤਾ ਜੀ ਕੋਲੋਂ ਆਗਿਆ ਮੰਗੀ, ਪਿਤਾ ਜੀ ਮੈਨੂੰ ਹੁਣ ਵੀ ਹੁਣ ਜੰਗ ਵਿੱਚ ਜਾਣ ਦਾ ਮੌਕਾ ਦਿਓ। ਪਿਤਾ ਗੁਰੂ ਜੀ ਨੇ ਉਹ ਬਾਬਾ ਜੁਝਾਰ ਸਿੰਘ ਜੀ ਦਾ ਮੱਥਾ ਚੁੰਮਿਆ ਅਤੇ ਉਹਨਾਂ ਨੂੰ ਕਿਹਾ, ਆਪਣੇ ਸਤਿਗੁਰਾਂ ਨੂੰ ਯਾਦ ਕਰੋ, ਆਪਣੇ ਦਾਦਾ ਜੀ ਨੂੰ ਯਾਦ ਕਰੋ। ਅਤੇ ਜਦੋਂ ਭਾਈ ਜੁਝਾਰ ਸਿੰਘ ਜੀ ਮੈਦਾਨੇ ਜੰਗ ਵਿੱਚ ਲੜਨ ਗਏ ਅਤੇ ਜਦੋਂ ਲੜਦੇ ਲੜਦੇ ਉਹਨਾਂ ਦਾ ਘੋੜਾ ਸ਼ਹੀਦ ਹੋ ਗਿਆ ਤਾਂ ਬਾਬਾ ਜੀ ਨੇ ਆਪਣੀ ਸ਼ੀਸ ਸਾਹਿਬ ਨਾਲ ਇੰਨੇ ਵੈਰੀਆਂ ਦੇ ਆਹੂ ਲਾਏ ਹੈ ਅਤੇ ਇੰਨੀ ਸੂਰ ਬੀਰਤਾ ਨਾਲ ਲੜੇ ਹੈ। ਅਤੇ ਜਦੋਂ ਆਖਿਰ ਵਿੱਚ 9 ਸਿੰਘਾਂ ਨਾਲ ਜਦੋਂ ਬਾਬਾ ਜੀ ਸ਼ਹੀਦ ਹੋਏ ਫਿਰ ਮਮਤੀ ਵਿੱਚ ਬੈਠੇ ਗੁਰੂ ਸਾਹਿਬ ਜੀ ਨੇ ਫਿਰ ਤੋਂ ਜਕਾਰਾ ਛੱਡਿਆ। ਇਸ ਤਰ੍ਹਾਂ ਮਹਾਰਾਜ ਜੀ ਦੇ 2 ਸਾਹਿਬਜ਼ਾਦੇ ਅਤੇ ਸਿੰਘ ਵੀਰ ਗਤੀ ਨੂੰ ਪ੍ਰਾਪਤ ਹੋਈ। ਹਾਂਜੀ, ਇਹ ਸੀ ਸਾਡੀ ਅੱਜ ਦੀ ਸਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।